ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਹੁਣ ਆਪਾਂ ਚੱਲੇ ਹਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਸਾਰੇ ਤੇ ਮੇਰੇ ਨਾਲ ਮਾਮਾ ਸੋਹਰਾ ਜੀ ਹੈ ਤੇ ਨਾਲ ਮਾਮੀ ਤੇ ਹੁਣ ਅਸੀਂ ਅੱਜ ਗੁਰਦੁਆਰੇ ਮੱਥਾ ਟੇਕਣ ਚੱਲੇ ਹਾਂ ਸਾਰੇ ਨਾਲ ਜੋ ਬਟਾਲੇ ਦਾ ਮਾਲ ਮੰਤਰੀ ਇਤਿਹਾਸ ਵਿੱਚ ਲਿਖਿਆ ਹੋਇਆ ਉਹਦੀ ਸਰਕਾਰੀ ਦਰਬਾਰੇ ਵੀ ਚੰਗੀ ਪਹੁੰਚ ਸੀ ਉਹਦੇ ਨਾਲ ਇਸ ਨੇ ਮਿੱਤਰਤਾ ਕੰਢੀ ਕਿ ਉਸ ਨੂੰ ਕਹਿਣ ਲੱਗਾ ਭਰਾਵਾ ਮੇਰੇ ਛੋਟੇ ਭਰਾ ਨੇ ਇੱਕ ਬਹੁਤ ਵੱਡਾ ਲਿਖਿਆ ਅਤੇ ਮੈਂ ਚਾਹੁੰਦਾ ਸੀ ਇਸ ਨੂੰ ਹਮੇਸ਼ਾ ਲਈ ਬੰਦ ਕਰ ਦੇਵਾਂ ਪਰ ਮੈਨੂੰ ਕੋਈ ਬਹਾਨਾ ਨਹੀਂ ਸੀ ਲੱਭ ਰਿਹਾ ਪਰ ਹੁਣ ਮੈਨੂੰ ਇਹ ਬਹਾਨਾ ਮਿਲ ਗਿਆ ਵੀ ਇਹਨਾਂ ਨੇ ਜਿਹੜੇ ਗ੍ਰੰਥ ਦੀ ਸਿਰਜਣਾ ਕੀਤੀ ਹੈ ਹਾਂਜੀ ਅਸੀਂ ਹੁਣ ਗੁਰਦੁਆਰਾ ਸਾਹਿਬ ਮੱਥਾ ਟੇਕ ਲਿਆ ਤੇ ਹੁਣ ਅਸੀਂ ਘਰ ਨੂੰ ਜਾ ਰਹੇ ਹਾਂ ਆਪਣਾ ਤੇ ਘਰੇ ਜਾ ਕੇ ਮਿਲਦੇ ਹਾਂ ਲੋ ਜੀ ਆ ਗਏ ਬਾਈ ਅਸੀਂ ਘਰੇ